बिस्मिल्लाह रहमान रहीम। अस्सलाम वालेकुम फ्रेंड्स, तुसी देख रहे हो टी एस नाली टी वी यूट्यूब चैनल। मैं थोड़ा उस तारिक सुल्तान। दोस्तों इस टाइम असं मौजूद हैं हाजी इफ्तखारमंद बागड़ी साहब के डेरे से। साढ़े नाल मौजूद है जी वह मज जिन्हें पूरी दुनिया के एक आलमी रिकॉर्ड बनाया। इस मज ने पूरी दुनिया का ज़्यादा दुध देवन का 24 घंटे के रिकॉर्ड तोड़ के अज एक नवा रिकॉर्ड लाया। और असी इस पॉइंट उत्ते बाकी भी 5-6 जानवर रजिस्टर्ड होए ने, वह भी तुहानू विखाने हैं। इस मज का भी शो करवाने हैं। और जिहड़ा बंदा इस मज नूं तैयार किया, जिसने इस मज नूं ट्रेन किया, दिन रात अपना इस उत्ते टाइम दिता, रियाज बलोच साहब, वह साढ़े नाल मौजूद ने। और गज़नफर बड़ाइश साहब, गज़नफर उर्फ मिठू। तो रियाज साहब को तुहानू थोड़ी मालूमात लेके दिंदे आ इस मज की हैबिट्स, इसकी फीडिंग और बाकी जी चीज़ा ने वो थोड़ा इन्होंने पूछ के दसदा जी। सलाम अलैकुम जी रियाज साहब। वालेकुम सलाम जी। रियाज भाई की हाल है? अल्लाह रहमत, ठीक ठाक शुक्र। फिट बड़ा अल्लाह करम, गुड हो गया। ਰਿਆਦ ਵੀ ਜਿਹੜੀ ਮਾਜ ਦੇ ਕੋਲ ਖਲੋਤੇ ਆਂ ਦਾ ਜ਼ਰਾ ਤਾਰਫ ਕਰਵਾਓ ਸਾਨੂੰ ਜੀ। ਇਹ ਮਾਜ ਦਾ ਨਾਮ ਮਸਤਾਨੀ ਹੈ ਜੀ ਜੀ ਤੇ ਮਾਸ਼ਾਅੱਲਾ ਮਾਜ ਨੇ ਤੁਹਾਨੂੰ ਤੁਸੀਂ ਆ ਵੀ ਚੁਆਈਆਂ ਤੇ ਵੇਖੀਆਂ ਨੇ ਜੀ ਜੀ ਬਹੁਤ ਅੱਛੀਆਂ ਚੁਆਈਆਂ ਕਰਾਈਆਂ ਨੇ। ਪੀਡੀਐਫ ਆਲ ਪੰਜਾਬ ਆਨਲਾਈਨ ਬਫਲੋ ਮਿਲਕ ਕੰਪੀਟੀਸ਼ਨ ਜਿਹੜਾ ਪਾਕਿਸਤਾਨ ਡੇਰੀ ਫਾਰਮ ਐਸੋਸੀਏਸ਼ਨ ਦੇ ਵਿੱਚ ਹੁੰਦਾ ਹੈ, ਜਿਸ ਤੇ ਪ੍ਰੈਜ਼ੀਡੈਂਟ ਆਰਫ ਸਾਈ ਸਾਹਿਬ ਨੇ ਜੀ ਆ ਜੀ ਬਹੁਤ ਨਾਮ ਸ਼ੁਕਰ ਸੁਲਤਾਨ ਸਾਹਿਬ ਜੀ ਉਹਦੇ ਵਿੱਚ ਇਸ ਮਾਜ ਨੇ ਪੂਰੇ ਪੰਜਾਬ ਦੀ ਮੱਝਾਂ ਨੂੰ ਜੀ ਪੂਰੇ ਪੰਜਾਬ ਤੋਂ ਅੱਜ ਤੋਂ ਪਹਿਲੇ ਕਿਸੇ ਮਾਜ ਇਨਾ ਦੁੱਧ ਨਹੀਂ ਕੀਤਾ ਜਿੰਨਾ ਮਸਤਾਨੀ ਨੇ ਕੀਤਾ। ਇਨੇ ਕਿਤਨਾ ਕਿਤਨਾ ਦੀ ਸਾਰੀ ਚੁਆਈਆਂ ਦਾ ਦੁੱਧ ਜੀ ਬਾਈ ਜੀ, ਪਹਿਲੀ ਜਿਹੜੀ ਇਹਦੀ ਕੱਚੀ ਚੁਆਈ ਹੋਈ 17 ਕਿਲੋ 800 ਗ੍ਰਾਮ ਦੀ ਕਰਾਈ ਹੈ ਜੀ ਜੀ। ਦੂਸਰੀ ਕੱਚੀ ਹੈ 17 ਕਿਲੋ ਪੂਰੇ ਦੀ ਕਰਾਈ ਜੀ ਜੀ। ਪਹਿਲੀ ਪੱਕੀ ਹੈ 19 ਕਿਲੋ 100 ਗ੍ਰਾਮ ਕਰਾਇਆ ਜੀ ਜੀ। ਤੇ ਚੌਥੀ ਜਿਹੜੀ ਆ ਨਾ ਚੁਆਈ ਦੀ ਪੱਕੀ, ਦੂਸਰੀ ਪੱਕੀ ਉਸੇ 18 ਕਿਲੋ 450 ਗ੍ਰਾਮ ਕਰਾਈ। ਮਾਸ਼ਾਅੱਲਾ, ਜਿਹੜਾ ਟੋਟਲ ਇਸ ਦਾ ਦੁੱਧ ਹੋਇਆ 24 ਘੰਟੇ ਦਾ ਉਹ 37 ਕਿਲੋ 550 ਗ੍ਰਾਮ, 37 ਕਿਲੋ 550 ਗ੍ਰਾਮ ਹੋਇਆ। ਹਾਂ, ਜਿਹੜਾ ਕਾਊਂਟ ਹੋਇਆ ਉਹ 36 ਕਿਲੋ 950 ਗ੍ਰਾਮ, 36 ਕਿਲੋ ਅੱਧਾ ਕਿਲੋ ਵੇਜ ਮੰਦਾ ਜਿਹੜਾ ਨਾ ਜੰਮ ਪੇ ਚਾ ਗਿਆ, ਜੰਮ ਪੇ ਜਾ ਵੀ ਉਹ ਕੱਟਣਾ। ਜ਼ਬਰਦਸਤ ਹੋ ਗਿਆ, ਮਾਸ਼ਾਅੱਲਾ, ਗੁੱਡ ਹੋ ਗਿਆ। ਅੱਛਾ, ਬਾਕੀ ਮੱਝਾਂ ਜਿਹੜੀਆਂ ਨੇ ਇਹ ਮੱਝ ਅਸੀਂ ਦੋਸਤਾਂ ਨੂੰ ਵਿਖਾ ਦਿੱਤੀ ਹੈ ਮਸਤਾਨੀ, ਬਾਕੀ ਮੱਝਾਂ ਦਾ ਜ਼ਰਾ ਸ਼ੋਕ ਕਰਵਾ, ਉਹਨਾਂ ਕਿਤਨਾ ਕਿਤਨਾ ਦੁੱਧ ਕੀਤਾ ਉਹ ਦੱਸੋ। ਇਹ ਮੱਝ ਜੀ ਸਿੰਗਾਰ ਇਹਦੇ ਨਾਂ ਪੁੱਛੋ ਉਹਦਾ ਜੀ। ਮਾਸ਼ਾਅੱਲਾ, ਬਹੁਤ ਮੱਝ ਅੱਛੀ ਹੈ ਜੀ, ਦੂਸਰੇ ਵਾਰ। ਅੱਛਾ, ਤੇ ਇਹ ਮਾਜ ਜਿਹੜਾ ਥੋੜੀ ਜਿਹੀ ਖਰਾਬ ਹੋ ਗਈ, ਪਹਿਲੇ ਮਾਜ ਸਾਡੇ ਕੋਲ ਦੋ ਚੋਖਾ ਕਰਦੀ ਸੀ। ਅੱਛਾ, ਤੇ ਤਿਆਰ ਹੈ ਜਿਸ ਤੋਂ ਚੁਆਈਆਂ ਲੱਗੀਆਂ ਥੋੜਾ ਜਿਹਾ ਮਾਜ ਨਾ ਬੰਦਿਆਂ ਨੂੰ ਵੇਖ ਕੇ ਕੀ ਚੱਕਰ ਲੱਗਾ ਥੋੜੀ ਮੈਂ ਸੈਟ ਨਹੀਂ ਰਹੀ। ਅੱਛਾ ਅੱਛਾ, ਤੇ ਮਾਸ਼ਾਅੱਲਾ ਮੋੜੀ ਚੁਆਈਆਂ ਜਿਹੜਾ ਨੇ ਚੰਗੀਆਂ ਕਰਾਈਆਂ ਨੇ। ਇਸ ਦਾ ਕੀ ਰਿਕਾਰਡ ਰਿਹਾ ਦੁੱਧ ਦਾ? ਇਹਦਾ ਦੁੱਧ ਦੀ ਪਹਿਲੀ ਜਿਹੜੀ ਇਹਦੀ ਕੱਚੀ ਚੁਆਈ ਕਰਾਈ ਹੈ 14 ਕਿਲੋ ਤੇ ਮੇਰੇ ਖਿਆਲ 850 ਗ੍ਰਾਮ ਦੀ ਕਰਾਈ ਹੈ ਜੀ ਜੀ। ਦੂਸਰੀ ਕੱਚੀ ਵੀ 14 ਕਿਲੋ 800 ਦੀ ਕਰਾਈ ਹੈ ਜੀ ਜੀ। ਪਹਿਲੀ ਪੱਕੀ ਇਸ ਕਰਾਈ ਜੀ 14 ਕਿਲੋ 150 ਦੀ ਜੀ ਜੀ। ਤੇ ਦੂਜੀ ਪੱਕੀ ਜਿਹੜੀ 15 ਕਿਲੋ 250 ਦੀ ਕਰਾਈ, 15 ਕਿਲੋ 250 ਜੀ, 15 ਕਿਲੋ 250 ਦੀ ਕਰਾਈ। ਮਤਲਬ ਇਹਦਾ ਟੋਟਲ ਦੁੱਧ ਜਿਹੜਾ ਹੋਇਆ ਇਹਦਾ ਜੀ ਟੋਟਲ ਦੁੱਧ ਹੋਇਆ 29 ਕਿਲੋ 250 ਗ੍ਰਾਮ, 29 ਕਿਲੋ 250 ਗ੍ਰਾਮ ਸਿੰਗਾਰ ਮੱਝ। ਇਹ ਨਸਲ ਕਿਹੜੀ ਹੈ? ਇਹ ਨਸਲ ਜੀ ਇਹ ਨੀਲੀ ਦੀ, ਮੈਂ ਪਿਓਰ ਨੀਲੀ, ਪਿਓਰ ਨੀਲੀ। ਮਾਸ਼ਾਅੱਲਾ, ਕਿੰਨੇ ਦਿਨਾਂ ਦੀ ਸੋਈ ਹੈ ਇਹਨੂੰ ਜੀ? ਹੋ ਗਏ 5 ਤੋਂ 6 ਮਹੀਨੇ। ਅੱਛਾ, 6 ਮਹੀਨੇ ਦੀ ਸੂਈ ਹੈ, 29 ਕਿਲੋ ਤੁੱਤੇ ਨੇ ਦੁੱਧ ਕੀਤਾ, ਫਿਰ 15 ਕਿਲੋ ਦੀ ਸਚਾਈ ਵੀ ਲਵਾਈ। ਇਹ ਆਮ ਰੂਟੀਨ ਤੇ 24 ਲੀਟਰ ਕਰਦੀ ਸੀ ਮਾਲ ਵਿੱਚ। ਅੱਛਾ ਅੱਛਾ, ਤੇ ਤਿਆਰੀ ਦੇ ਪਹਿਲੇ ਥੋੜੀ ਬੜੀ ਖਰਾਬ ਹੋਈ ਸਾਡੇ ਕੋਲ ਤੇ ਮੋੜ ਜਾ ਕੇ ਥੋੜੀ ਸੈੱਟ ਹੋਈ। ਅੱਛਾ, ਨੀਲੀ ਦੇ ਮੱਝਾਂ ਦੇ ਬਾਰੇ ਮਸ਼ਹੂਰ ਹੈ ਕਿ ਉਹ ਇੰਨਾ ਜ਼ਿਆਦਾ ਵੰਡਾ ਨਹੀਂ ਖਾਂਦੀ, ਇਹ ਮੱਝ ਕਿਤਨਾ ਵੰਡਾ ਖਾ ਜਾਂਦੀ ਜੀ? ਜਿਹੜੀ ਇਹ ਮੱਝ ਇਸ ਵੰਡਾ ਮਾਸ਼ਾਅੱਲਾ ਸਾਡੇ ਕੋਲ ਤਾਂ ਮਸਤਾਨੀ ਮੱਝ ਨਹੀਂ ਖਾਂਦੀ ਰਹੀ, ਮੈਂ 12-13 ਕਿਲੋ ਖਾ ਜਾਂਦੀ ਸੀ। ਅੱਛਾ ਅੱਛਾ, ਜ਼ਬਰਦਸਤ। ਮਤਲਬ ਇਹ ਕਿ ਨੀਲੀ ਦੇ ਜਾਨਵਰ ਇਸ ਤਰ੍ਹਾਂ ਦੇ, ਕਿਉਂਕਿ ਇਹਦਾ ਕੱਦ ਵੀ ਵੱਡਾ, ਛੋਟੀ ਮੱਝ ਜੀ, ਕੱਦ ਵੀ ਵੱਡਾ। ਮਸਤਾਨੀ ਮੱਝ ਤੋਂ ਇਹ ਲੰਬੀ ਹੈ ਜਾਂ ਉਤਨੀ? ਨਹੀਂ, ਇਹ ਵੱਡੀ ਹੈ ਭਾਈ, ਮਸਤਾਨੀ ਤੋਂ ਇਹ ਉੱਚੀ ਵੀ ਜ਼ਿਆਦਾ, ਲੰਮੀ ਵੀ ਜ਼ਿਆਦਾ। ਲੰਮੀ ਵੀ ਜ਼ਿਆਦਾ ਜੀ, ਉਹ ਖੂਬਸੂਰਤ ਵੀ ਜ਼ਿਆਦਾ ਜੀ, ਪਰ ਉਹਦਾ ਬਲੱਡ ਹੋਰ ਹੈ। ਉਸ ਦਾ ਕਿਹੜਾ ਬਲੱਡ ਹੈ? ਉਹ ਭਾਈ, ਉਹਦਾ ਖੂਨ ਜਿਹੜਾ ਨੇ ਇਸ ਨਾਲੋਂ ਜ਼ਿਆਦਾ ਤੇਜ਼ ਹੈ। ਅੱਛਾ, ਤੇ ਇਹ ਹੋਰ ਸ਼ਾਇ ਹੋਰ ਸ਼ਾਇ। ਅੱਛਾ ਅੱਛਾ, ਜ਼ਬਰਦਸਤ ਹੋ ਗਿਆ। ਇਹਦਾ ਥਨ ਚੱਡਾ ਇਹ ਬੜਾ, ਮਾਸ਼ਾਅੱਲਾ, ਥਨ ਚੱਡਾ ਤੇ ਤਾਂ ਕਮਾਲ ਦਾ ਨਾ, ਹਰ ਮਾਜ ਲੱਗਦਾ ਹੀ ਨਹੀਂ ਜੀ। ਅੱਮਾ ਜੀ ਵੈਸੇ ਖੂਬਸੂਰਤ ਨਾ, ਦੁੰਨੇ ਨਾ, ਕੋੜੀ ਆਖ ਬਿੱਲੀ ਬਿੱਲੀ, ਬਹੁਤ ਖੂਬਸੂਰਤ ਮੱਝ ਹੈ। ਜ਼ਬਰਦਸਤ ਹੋ ਗਿਆ, ਅਗਲੀ ਮੱਝ ਤੇ ਆਓ ਜ਼ਰਾ ਜੀ। ਇਹ ਮੱਝ ਦੇ ਨਾਂ ਲਾਲੀ ਹੈ ਜੀ। ਅੱਛਾ, ਤੇ ਮਾਸ਼ਾਅੱਲਾ ਇਹ ਮੱਝ ਵੀ ਨੀਲੀ ਦੀ ਹੈ। ਅੱਛਾ, ਲਾਲੀ ਥੋੜਾ ਪਰਾਂ ਟੋਰੋ ਖਾ ਜ਼ਰਾ। ਲਾਲੀ ਮੱਝ ਨੇ ਕਿਤਨਾ ਦੁੱਧ ਕੀਤਾ ਰੂਟੀਨ ਚ ਪਹਿਲੇ ਤੁਹਾਡੇ ਕੋਲ? ਤਿਆਰੀ ਦੇ ਮਾਸ਼ਾਅੱਲਾ ਇਹ ਜਿਹੜਾ ਨਾ ਦੁੱਧ ਅੱਛਾ ਕਰਦੀ ਰਹੀ ਹੈ ਜੀ ਜੀ, 27-28 ਕਿਲੋ ਸਾਡੇ ਕੋਲ ਕਰਦੀ ਰਹੀ ਅੱਗੇ ਵੀ, ਤੇ ਮਾਸ਼ਾਅੱਲਾ ਚੁਆਈਆਂ ਦੇ ਵਿੱਚ ਇਨਾ ਦੁੱਧ ਇਸ ਕੀਤਾ। ਅੱਛਾ ਅੱਛਾ, ਇਹਦੀ ਜ਼ਰਾ ਚੁਆਈਆਂ ਦਾ ਦੁੱਧ ਦੱਸਣ, ਥੋੜਾ ਪਰਾਂ ਟੋਰੋ ਨਾ। ਚੱਲ ਗਾ, ਅੱਛਾ ਠੀਕ ਹੈ, ਖਲੋਣ ਦਿਓ। ਇਸ ਬਾਈ ਜੀ ਪਹਿਲੀ ਕੱਚੀ ਦੇ ਵਿੱਚ ਕੀਤਾ ਸੀ 14 ਕਿਲੋ 50 ਗ੍ਰਾਮ। ਅੱਛਾ, ਦੂਸਰੀ ਇਸ ਕੱਚੀ ਦਾ ਕੀਤਾ 13 ਕਿਲੋ 300 ਗ੍ਰਾਮ ਜੀ ਜੀ। ਪਹਿਲੀ ਪੱਕੀ ਦਾ ਇਸ ਕੀਤਾ 13 ਕਿਲੋ ਤੇ 300 ਗ੍ਰਾਮ 50 ਗ੍ਰਾਮ ਉੱਤੇ ਸੀ। ਜਿਹੜੀ ਆਖਰੀ ਪੱਕੀ ਸੀ ਨਾ ਉੱਥੇ ਇਸ ਕੀਤਾ 14 ਕਿਲੋ ਤੇ ਉੱਤੇ ਸੀ 200 ਕੇ 150 ਗ੍ਰਾਮ।
मतलब टोटल दो दस्ता होया 27 किलो कुछ 27 किलो तो कुछ ग्राम सी। जबरदस्त हो गया जी माशाल्लाह। ये भी प्यो नीली है जी? ये भी नीली दी। अच्छा थाने दे इस थान माशाल्लाह दे थोड़े जे लंबे ने। नहीं नहीं थान जेड़ा तो पकियां चुवाइयां दो दे 27 किलो तो उत्ते ही बनदा है। इस माह थोड़ी खामी है, पिछला थान थोड़ा घट गया सी तैयारी दे विच ना। जी 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 थान पूरा होंदा तो माशाल्लाह इतियां तो बाहर जावेगा, इतियां तो बाहर जावे। बड़ी खूबसूरत मज्ज है, बहुत अच्छी मज्ज है। ये केड़ी नस्ल है? ये भी नीली है। प्यो नीली मतलब ये नीली भी अच्छा दूध कर दी। ये बहुत अच्छा दूध कर दी। जबरदस्त हो गया जी। हाँ और जी अगली मज जी थोड़ी कंपटीशन है चाहिए। ये मज दे नाज गुलाब है। अच्छा ते माशाल्लाह ये भी अच्छी मज है। ते मज थोड़ा जा ना खुराक दी वजह तो ना सोच सूझ पा जांदी सी। परली साइड तो मैं नाल मैं रखे दो दे माशाल्लाह कुछ 24-25 लीटर कर दे रही। ਚਵਾਈਆਂ ਦੇ ਵਿੱਚ ਵੀ 25 ਕੀਤਾ ਪਹਿਲੇ ਇਸ ਦਾ ਕੀ, ਕਿਉਂਕਿ ਚਵਾਈਆਂ ਸਮ ਟਾਈਮ ਜਾਨਵਰ ਜਿਹੜੇ ਨੇ ਨਾ ਜੀ ਜੀ ਆ ਥੋੜਾ ਜਿਹਾ ਨਾ ਉਹ ਡਿਸਟਰਬ ਵੀ ਹੁੰਦੇ ਨੇ ਪਰਲੀ ਸਾਈਡ ਤੇ ਆਪ ਕੋਲ ਜਾ ਜਾਨਵਰ ਡਿਸਟਰਬ ਵੀ ਹੋ ਜਾਂਦੇ ਨੇ। ਤੇ ਮਾਜ ਦਾ ਇਸ ਦਾ ਕੱਦ ਸ਼ਦ ਵੀ ਚੰਗਾ ਜੀ ਮਾਸ਼ਾਅੱਲਾ ਬਹੁਤ ਅੱਛੀ ਮਾਜੇ ਦਾ ਕੋਈ ਥੋੜਾ ਜਿਹਾ ਨਾ ਅੰਦਰੋਂ ਮੇਨ ਮਸਲਾ ਜਿਹੜਾ ਉਹ ਨਹੀਂ ਸਹੀ ਸੀ, ਇਹਨੂੰ ਖੁਰਾਕ ਥੋੜੀ ਖਾਂਦੇ ਸੋਜ ਪਾ ਜਾਂ ਥਣਾ ਤੇ ਉਹ ਇਹਦਾ ਹੁਣ ਅਸੀਂ ਸੈਟ ਕਰਨੇ ਆ ਤੇ ਇਨਸ਼ਾਅੱਲਾ ਪੱਤੂ। ਇਹ ਬਾਈ ਜਿਹੜੀ ਮੱਝ ਨਾ ਗੁਲਾਬ ਜੀ ਜੀ ਇਹ ਬਹੁਤ ਅੱਛੀ ਮੱਝ ਹੈ, ਇਹ ਸਾਡੇ ਕੋਲ ਦੁੱਧ ਬੜਾ ਕਰਦੀ ਰਹੀ ਹੈ। ਥੋੜਾ ਜਿਹਾ ਕਹਿੰਦਾ ਮੁੜ ਪਤਾ ਨਹੀਂ ਕੋਈ ਤਿਆਰੀ ਵਾਤ ਘਾਟਾ ਕੀਤਾ ਜੀ ਜੀ ਤੇ ਇਨਸ਼ਾਅੱਲਾ ਇਤਰੀਆਂ ਤੋਂ ਬਾਹਰ ਮੱਝ ਦੁੱਧ ਕਰਨ ਵਾਲੀ ਸੀ। ਤੇ ਇਨਸ਼ਾਅੱਲਾ ਇਹਨੂੰ ਹੁਣ ਪੂਰਾ ਸੈੱਟ ਕਰਕੇ ਨਾ ਪੱਤੋ ਪਾਵਾਂਗੇ, ਪੱਤੋ ਕੀ ਜਾਏਗੀ ਜੀ ਇਨਸ਼ਾਅੱਲਾ ਦੋ ਤਰੀਆਂ ਤੋਂ ਬਾਹਰ ਕਰੇਗੀ। ਅੱਛਾ ਅੱਛਾ ਤੇ ਇਹਨੇ ਪਹਿਲੇ ਚਵਾਈਆਂ ਹਾਈਐਸਟ ਦੁੱਧ ਨੇ ਕਿਤਨੀਆਂ ਲਵਾਈਆਂ ਨੇ ਤੁਹਾਡੇ ਕੋਲ ਇੱਥੇ? ਇਹ ਬਾਈ ਜੀ ਸਾਡੇ 13 ਦੀ ਅਸ ਲਵਾਈ ਹੈ ਤੇ ਬਾਅਦ ਵਿੱਚ 12 ਕਿਲੋ ਇੱਥੇ ਕਰਦੀ ਰਹੀ ਹੈ ਤਿਆਰੀ ਦੇ ਵਿੱਚ ਨੇ ਚੋਈ ਮੁਕਾਬਲੇ 14 ਕਿਲੋ ਵੀ ਕੀਤਾ ਸੀ ਪਹਿਲੇ। ਅੱਛਾ 14 ਮਤਲਬ 27 28 ਤੱਕ ਤੁਸੀਂ ਚੋਇਆ? ਜੀ ਚੋਇਆ। ਜ਼ਬਰਦਸਤ ਹੋ ਗਿਆ ਜੀ। ਚਲੋ ਅੱਲਾਹ ਪਾਕ ਖੈਰ ਕਰੇ। ਕਿੰਨਵੇਂ ਸੂਬੇ ਇਹ? ਮਾਜੀ ਤੀਸਰੇ ਸੂਬੇ। ਅੱਛਾ ਅੱਛਾ ਤੀਸਰੇ ਸੂਬੇ, ਜ਼ਬਰਦਸਤ ਜੀ। ਰਿਆਜ਼ ਵੀ ਬਹੁਤ ਸ਼ੁਕਰੀਆ। ਔਰ ਸਾਰੇ ਦੋਸਤਾਂ ਨੂੰ ਦੱਸਦੇ ਜਾਈਏ ਜੀ, ਇਸ ਤੋਂ ਪਹਿਲੇ ਜਿਹੜਾ ਵਰਲਡ ਰਿਕਾਰਡ ਹੈ ਉਹ ਲਪਰੀ ਮਾਜ ਨੇ ਬਣਾਇਆ ਸੀ, 34 ਕਿਲੋ 600-700 ਦਾ ਰਿਕਾਰਡ ਪਾਕਿਸਤਾਨ ਦਾ ਹੀ ਆ, ਜਿਸ ਨੂੰ ਇਸ ਮੱਝ ਨੇ ਮਸਤਾਨੀ ਨੇ ਬ੍ਰੇਕ ਕਰਕੇ ਅੱਜ ਇਸਨੇ ਜਿਹੜਾ ਵਰਲਡ ਰਿਕਾਰਡ ਲਾਇਆ ਹੈ 37 ਕਿਲੋ ਦਾ, 36 ਕਿਲੋ 950 ਗ੍ਰਾਮ। ਸਾਰੇ ਦੋਸਤਾਂ ਵਾਸਤੇ ਮੈਸੇਜ ਹੈ ਕਿ ਜਾਨਵਰ ਜਿਹੜਾ ਇਹ ਨਸਲੀ ਹੋਣਾ ਚਾਹੀਦਾ ਹੈ, ਅਗਰ ਜਾਨਵਰ ਨਸਲੀ ਹੋਏਗਾ ਉਹਦੀ ਕੇਅਰ ਅੱਛੀ ਕਰੋਗੇ ਅਤੇ ਉਹ ਦੁੱਧ ਦੇਵੇਗਾ ਇਨਸ਼ਾਅੱਲਾ ਤਾਲਾ। ਅਤੇ ਬਾਕੀ ਸਾਰੇ ਦੋਸਤਾਂ ਵਾਸਤੇ ਜੀ PDFA ਦੇ ਤਰਫੋਂ ਬਹੁਤ ਜ਼ਿਆਦਾ ਮੁਬਾਰਕਬਾਦ ਔਰ ਬਹੁਤ ਜ਼ਿਆਦਾ ਮੁਹੱਬਤਾਂ ਪਾਕਿਸਤਾਨ ਡੇਅਰੀ ਫਾਰਮ ਐਸੋਸੀਏਸ਼ਨ ਦੇ ਸਦਰ RSI ਦੀ ਤਰਫੋਂ ਸਾਰੇ ਬਰੀਡਰਸ ਵਾਸਤੇ ਨੇਕ ਖਾਹਿਸ਼ਾਤ। ਇਨਸ਼ਾਅੱਲਾ ਤਾਲਾ PDFA ਇਸ ਤਰ੍ਹਾਂ ਹਰ ਸਾਲ ਜਿਸ ਤਰ੍ਹਾਂ ਪਹਿਲੇ ਸਾਲਾਨਾ ਔਨਲਾਈਨ ਮਿਲਕ ਕੰਪਟੀਸ਼ਨ ਕਰਵਾਉਂਦੀ ਹੈ, ਇਸ ਤਰ੍ਹਾਂ ਹਰ ਸਾਲ ਸਾਰੇ ਦੋਸਤਾਂ ਦੀ ਹੌਸਲਾ ਅਫਜ਼ਾਈ ਵਾਸਤੇ ਪੰਜਾਬ ਦਾ ਸਭ ਤੋਂ ਵੱਡਾ ਔਨਲਾਈਨ ਮੇਲਾ ਕਰਵਾਉਂਦੀ ਰਹੇਗੀ ਜੀ। ਬਹੁਤ ਸ਼ੁਕਰੀਆ, ਆਪਣੇ ਦੁਆਵਾਂ 'ਚ ਯਾਦ ਰੱਖੇਗਾ।